ਲੋਕਾਂ ਨੇ ਹੁਣ ਕੰਮ ਕਰਨਾ ਨੀ। ਮੈਨੂੰ ਲੱਗਦਾ ਪੰਗਾ ਲੈ ਲਿਆ ਇਹਦਾ ਤਕੜਾ ਹੀ। ਓ ਡਰਾਈਵਰ ਵੀ ਥੱਲੇ ਆ ਗਿਆ। ਹਾਂਜੀ ਦੋਸਤੋ, ਕਿਵੇਂ ਹੋ ਸਾਰੇ? ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ। ਅਤੇ ਅੱਜ ਆਪਾਂ ਫਿਰ ਇੱਕ ਵਾਰੀ ਪਹੁੰਚੇ ਹਾਂ ਬਾਈ ਜਰਾਵੜਾ ਵਾਲੇ ਫਾਰਮ 'ਤੇ। ਅਤੇ ਜਿਹੜੇ ਆਪਾਂ ਟਰੈਕਟਰ ਦਾ ਥੋੜ੍ਹੇ ਦਿਨ ਪਹਿਲਾਂ ਰਿਵਿਊ ਕੀਤਾ ਸੀ, ਜਿਹੜੀ ਵੀਰਾਂ ਨਹੀਂ ਵੀਡੀਓ ਦੇਖੀ ਮੇਰੇ ਚੈਨਲ 'ਤੇ ਜਾ ਕੇ ਦੇਖ ਸਕਦੇ ਨੇ। ਅਤੇ ਅੱਜ ਦੀ ਪਰਫੋਰਮੈਂਸ ਆਪਾਂ ਚੈੱਕ ਕਰਾਂਗੇ। ਅਤੇ ਪੈਲੀ ਤਾਂ ਆਪਾਂ ਜਿਹੜੀ ਪਹਿਲਾਂ ਵਾਹੀ ਹੋਈ ਇੱਕ ਵਾਰੀ ਕਲਟੀਵੇਟਰ ਦੇ ਨਾਲ, ਅਤੇ ਇਹਦੇ ਵਿੱਚ ਵੇਖਾਂਗੇ ਇਹਨੂੰ ਵੱਖੋ ਵੱਖ ਗੇਅਰਾਂ 'ਚ ਚਲਾ ਕੇ ਵੀ ਕਿਹੜੇ ਕਿਹੜੇ ਗੇਅਰ 'ਚ ਇੰਪਲੀਮੈਂਟ ਨੂੰ ਇਹ ਵਧੀਆ ਤਰੀਕੇ ਨਾਲ ਖਿੱਚਦਾ। ਅਤੇ ਪਹਿਲਾਂ ਇਹਨੂੰ ਆਪਾਂ ਕਲਟੀਵੇਟਰ 'ਤੇ ਚੈੱਕ ਕਰਾਂਗੇ ਵੀ ਜਿਹੜਾ ਆਪਣਾ 11 ਫਾਲਿਆਂ ਦਾ, ਅਤੇ ਫਿਰ ਪਿੱਛੇ ਇਹਦੇ ਆਪਾਂ ਜੁਆਇੰਟ ਕਰਾਂਗੇ ਇੱਕ ਡਿਸਕ 16 ਦੀ ਡਿਸਕ। ਅਤੇ ਦੇਖਦੇ ਹਾਂ ਫਿਰ ਕਿਹੜੇ ਗੇਅਰ 'ਚ ਕਿਹੜੀ ਜ਼ਿਆਦਾ ਵਧੀਆ ਪਰਫੋਰਮੈਂਸ ਦਿੰਦਾ ਆ, ਉਹ ਫਿਰ ਵੇਖਦੇ ਹਾਂ ਚਲਾ ਕੇ ਟਰੈਕਟਰ ਨੂੰ, ਅਤੇ ਕਿਹੜੇ 'ਚ ਸਹੀ ਖਿੱਚਦਾ ਅਤੇ ਕਿਹੜੇ 'ਚ ਨਹੀਂ ਦੱਬਦਾ, ਕਿੰਨੇ ਚੱਕਰ ਤੋੜਦਾ, ਸਾਰੀ ਤੁਹਾਨੂੰ ਅੱਜ ਦੀ ਜਿਹੜੀ ਆਪਾਂ ਇਨਫੋਰਮੇਸ਼ਨ ਦੇਵਾਂਗੇ। ਅਤੇ ਆ ਜਾਓ ਫਿਰ, ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ। ਹਾਂਜੀ ਮਿੱਤਰੋ, ਜਿੰਨੇ ਵੀਡੀਓ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਨਹੀਂ ਦੇਖੀ, ਸਮਝੋ ਉਹਨੇ ਕੁਛ ਵੀ ਨਹੀਂ ਵੇਖਿਆ। ਅਤੇ ਵੇਖੋ ਤੁਸੀਂ ਸਾਰੀ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗਣਾ ਡਿਊਸਫਾਰ ਦੀ ਪਰਫੋਰਮੈਂਸ ਦਾ। ਮੈਂ ਨਹੀਂ ਮੰਨਦਾ ਕਿਸੇ ਹੋਰ ਕੰਪਨੀ ਦਾ ਟਰੈਕਟਰ 'ਚ ਇੰਨਾ ਜ਼ੋਰ ਕੰਪਨੀ ਨੇ ਪਾਇਆ ਹੋਏ, ਔਰ ਬਥੇਰੇ ਜੋਂਡੀਅਰ ਨੇ, ਹੋਲੈਂਡ ਨੇ, ਮਹਿੰਦਰਾ ਨੇ 4x4 ਟਰੈਕਟਰ ਬੜੇ ਬਣਾਏ ਨੇ, ਪਰ ਇਹਦਾ ਮੁਕਾਬਲਾ ਨਹੀਂ ਕੋਈ। ਜਿਹੜਾ ਭਰਾ ਦਾ ਟਰੈਕਟਰ ਇਸ ਟਰੈਕਟਰ ਦਾ ਮੁਕਾਬਲਾ ਕਰਦਾ ਹੋਇਆ ਵੀਡੀਓ 'ਚ ਕਮੈਂਟ ਕਰਕੇ ਜ਼ਰੂਰ ਦੱਸੇ। ਜੇ ਬਰਾਬਰ ਚਲਾਉਣਾ ਨਹੀਂ ਹੋਵੇ ਤਾਂ ਵੀ ਸਾਡੇ ਕੋਲ ਟਰੈਕਟਰ ਆਪਣਾ ਲੈ ਕੇ ਆ ਸਕਦਾ। ਅਤੇ ਬਾਕੀ ਕੋਈ ਤੋੜ ਨਹੀਂ ਭਾਈ ਇਹਦਾ ਕੋਈ ਮੁਕਾਬਲਾ। 11 ਫਾਲਿਆਂ ਵਾਲਾ ਕਲਟੀਵੇਟਰ ਹੈ ਪਿੱਛੇ, ਅਤੇ ਹੁਣ ਇਹਨੂੰ ਆਪਾਂ 4x4 ਦੇ ਵਿੱਚ ਹਾਈ ਦੇ ਦੂਜੇ 'ਚ ਇਹਨੂੰ ਲਾਵਾਂਗੇ। ਅਤੇ 2000 ਚੱਕਰਾਂ ਦੇ, ਚਲੋ ਜੀ ਬਿਲਕੁਲ ਵੀ ਚੱਕਰਾਂ ਦਾ ਕੋਈ ਖਾਸ ਫਰਕ ਨਹੀਂ ਪੈਂਦਾ ਟਰੈਕਟਰ ਨੂੰ। ਅਤੇ ਦੋਵੇਂ ਲੀਵਰ ਆਪਣੇ ਜਿਹੜੇ ਥੱਲੇ ਨੇ, ਦੂਜੇ ਦਾ ਹਾਈ ਹੈ। ਕੱਢ ਦਿਓ। ਲਓ ਜੀ ਹੁਣ ਇਹਦੀਆਂ ਲਿੰਕਾਂ ਆਪਾਂ ਜਿਹੜੀਆਂ ਨੇ ਉਹ ਬਿਲਕੁਲ ਹੀ ਬਾਈ ਜਾਂਦਾ ਵੀ ਡਾਊਨ ਕਰ ਦਾਂਗੇ ਉਹਨਾਂ ਨੂੰ ਕਿਸੇ ਤਰੀਕੇ ਨਾਲ, ਦੇਖਦੇ ਹਾਂ ਕਿਵੇਂ ਕਰਦੇ ਨੇ। ਇੰਨਾ ਹੀ ਕੱਢ ਦਿੰਦੇ ਹਾਂ ਬਿਲਕੁਲ ਇਹਨਾਂ ਦੀਆਂ ਲਿੰਕਾਂ ਦੀਆਂ। ਮੈਨੂੰ ਲੱਗਦਾ ਨਹੀਂ ਵੀ ਇਹਦੀ ਜਿੰਨੀ ਸਪੀਡ 'ਤੇ ਕਲਟੀਵੇਟਰ ਲੈ ਕੇ ਟਰੈਕਟਰ ਚੱਲਦਾ ਹੋਏਗਾ, ਜਿੰਨੀ ਸਪੀਡ 'ਤੇ ਇਹ ਭੱਜਿਆ ਫਿਰਦਾ ਹੈ। ਲਓ ਜੀ ਲਿੰਕਾਂ ਵੇਖ ਲਓ ਤੁਹਾਡੇ ਸਾਹਮਣੇ ਬਿਲਕੁਲ, ਆਪਾਂ ਚੈੱਕ ਕਿਤੇ ਫ੍ਰੀ ਕਰਤੇ, ਕੋਈ ਲਿਫਟ ਨਾਲ ਤਾਂ ਕਨੈਕਸ਼ਨ ਰਿਹਾ ਹੀ ਨਹੀਂ ਇਹਦਾ, ਜਿਹਨੂੰ ਆਪਾਂ ਕਹਿ ਸਕਦੇ ਹਾਂ ਸਿਰਫ ਇੱਕ ਡੰਡਾ ਲੱਗਾ ਹੈ ਵਿੱਚ, ਤਾਂ ਇਹਨਾਂ ਨੂੰ ਖਿੱਚਣ ਲਈ ਲਿੰਕਾਂ ਪਈਆਂ ਹੋਈਆਂ ਨੇ। ਵੇਖੋ ਫਿਰ ਹੁਣ ਚਲਵਾ ਡਿਊਸਫਾਰ 70 HP ਦਾ, ਅਤੇ ਦੂਜਾ ਹਾਈ ਦੂਜੇ ਦੇ ਹਾਈ 'ਚ ਪਾਇਆ ਹੋਇਆ ਇਸ ਟਾਈਮ, ਉਹੀ 2000 ਚੱਕਰਾਂ ਦੇ ਕਰਕੇ 4x4 ਦੇ ਵਿੱਚ ਫੱਟੀ ਥੱਲੇ ਕਰਕੇ ਤਾਂ ਸਾਰੇ ਹੀ ਆਖ ਦਿੰਦੇ ਨੇ ਲੀਵਰ ਥੱਲੇ ਨੇ ਫਲਾਣਾ ਟਮਕਾਣਾ, ਇਹਦਾ ਤਾਂ ਲੀਵਰ ਹੀ ਵਾਲਾ ਕੋਈ ਸਿਸਟਮ ਹੀ ਨਹੀਂ ਰਹਿ ਗਿਆ ਬਿਲਕੁਲ, ਜਮਾਂ ਥੱਲੇ ਹੀ ਚੱਲੀ ਜਾਂਦਾ, ਕੋਈ ਪਰਵਾਹ ਹੀ ਨਹੀਂ ਬਿਲਕੁਲ। ਅਤੇ ਕਲਟੀਵੇਟਰ ਵੀ ਕੋਈ ਮਾੜਾ ਨਹੀਂ, ਕਲਟੀਵੇਟਰ ਵੀ ਪੂਰੀ ਚੰਗੀ ਫਰਮ ਦਾ ਬਣਿਆ ਹੋਇਆ। ਹੁਣ ਇਹਨੂੰ ਆਪਾਂ ਟਾਪ ਲੋਅ 'ਚ ਵੇਖਾਂਗੇ ਚਲਾ ਕੇ ਵੀ ਟਾਪ ਲੋਅ 'ਚ ਕਿੰਨਾ ਕੁ ਮਤਲਬ ਲੋਡ ਘੱਟਦਾ ਜਾਂ ਵੱਧਦਾ ਕੀ ਹੁੰਦਾ ਉਹਦੇ ਵਿੱਚ ਪਾ ਕੇ ਹੁਣ ਵੇਖਦੇ ਹਾਂ ਟਾਪ ਲੋਅ ਦੇ ਵਿੱਚ। ਟਾਪ ਲੋਅ ਦੇ ਵਿੱਚ ਜਿਹੜੀ ਆਪਣੀ ਸਪੀਡ ਥੋੜ੍ਹੀ ਜਿਹੀ ਘੱਟ ਗਈ, ਤਾਂ ਟਰੈਕਟਰ ਜਿਹੜਾ ਮਾੜਾ ਮੋਟਾ ਚਲੋ ਲੋਡ ਬਣਾਉਂਦਾ ਤਾਂ ਕੁਛ ਵੀ ਨਹੀਂ ਸੀ ਬਿਲਕੁਲ ਹੀ ਨਾ ਹੋਇਆ ਵਰਗਾ ਹੀ, ਪਰ ਇਹਦੇ ਵਿੱਚ ਟਾਪ ਲੋਅ 'ਤੇ ਕੋਈ ਪ੍ਰਵਾਹ ਹੈ ਹੀ ਨਹੀਂ। ਬਾਈ ਨੇ ਬ੍ਰੇਕ ਵੀ ਪੂਰੀ ਦੱਬਦੀ ਪਿਛਲੀ, ਵਾਕਿਆ ਜੀ ਵੀ ਕੰਪਨੀ ਨੇ ਪ੍ਰੂਫ ਕੀਤਾ ਹੋਇਆ ਵੀ ਹਾਂ ਵੀ ਪਹਿਲਾਂ ਟਰੈਕਟਰ ਇਹਨਾਂ ਹੀ 4x4 ਬਣਾਇਆ ਸੀ, ਅਤੇ ਇੰਨੀ ਪਰਫੋਰਮੈਂਸ ਹੋਰ ਕੋਈ ਟਰੈਕਟਰ ਚਾਹੇ ਲੱਖ ਆ ਗਏ 4x4 ਦੇ ਵਿੱਚ ਪਰ ਦਿੰਦਾ ਨਹੀਂ ਕੋਈ, ਚਾਹੇ ਕੋਈ ਜਿੰਨਾ ਮਰਜ਼ੀ ਜ਼ੋਰ ਲਾ ਲਏ।
4 by 2 ਜੇ ਵੇਖਾਂਗੇ ਚਲਾ ਕੇ ਸਾਰੀ ਫੱਟੀ ਸੱਟ ਕੇ ਵੀ ਟਰੈਕਟਰ ਖਿੱਚਦਾ ਆ ਕੀ ਕਰਦਾ ਪਹਿਲੇ ਹਾਈ ਚ ਪਾ ਲਓ ਪਹਿਲਾਂ ਫਿਰ ਦੂਜੇ ਚ ਪਾ ਲਿਆ ਜੇ ਦੇਖ ਸਕਦੇ ਹੋ ਇਸ ਟਾਈਮ 4 by 2 ਦੇ ਵਿੱਚ ਇਹ ਤੇ ਲਿੰਕਾਂ ਨਿਕਲੀਆਂ ਹੋਈਆਂ ਨੇ ਲਿੰਕਾਂ ਪਾਈਆਂ ਨਹੀਂ ਗਿਆ ਵਿੱਚ ਤੇ ਫਿਰ ਵੀ ਟਰੈਕਟਰ ਨੂੰ ਕੋਈ ਪਰਵਾਹ ਨਹੀਂ ਦੂਜੇ ਟਰੈਕਟਰ ਆਪਣੇ ਕੀ ਹੁੰਦਾ ਬਈ ਬੰਦ ਹੋ ਜਾਂਦੇ ਨੇ ਉੱਥੇ ਸਲਿੱਪ ਕੱਢੀ ਜਾਣਗੇ ਚੱਲਦੇ ਨਹੀਂ ਅੱਗੇ ਬ੍ਰੇਕਾਂ ਦਾ ਦੱਬਦਾ ਦਿਖਾਉਂਦਾ ਭਾਈ ਵੇ ਹਾਂਜੀ ਮਿੱਤਰੋ ਹੁਣ ਆਪ ਦੇਖਦੇ ਹਾਂ ਚਲਾ ਕੇ ਇਹਨੂੰ 4x4 ਦੇ ਵਿੱਚ ਲੱਗਾ ਹੋਇਆ ਇਹਦਾ ਮਤਲਬ ਉੱਤੇ ਨੂੰ ਚੱਕ ਦਈਏ ਅਤੇ 4x2 ਲੱਗ ਜਾਂਦਾ ਜੇ ਥੱਲੇ ਨੂੰ ਦੱਬ ਦਈਏ ਇਹਨੂੰ ਅਤੇ 4x4 'ਤੇ ਚੱਲਦਾ ਇਹ ਗੇੜ ਦੇ ਇਹਦੇ ਹਾਈ ਲੋ ਅਤੇ ਐੱਸ ਆਰ ਮਤਲਬ ਇਹਦਾ ਵੀ ਲਿਖਿਆ ਹੁੰਦਾ ਅਤੇ ਇੱਧਰ ਆਪਾਂ ਪਾਤਾ ਇੱਧਰ ਤੀਜਾ ਲੱਗ ਜਾਂਦਾ ਇੱਧਰ ਦੂਜਾ ਪਾ ਲੈਂਦੇ ਹਾਂ ਤਾਂ ਲੋਹ ਦੇ ਟਾਪ ਦੇ ਵਿੱਚ ਦੇਖਦੇ ਹਾਂ ਵੀ ਚੱਕਰਾਂ ਦਾ ਕਿੰਨਾ ਕੁ ਫਰਕ ਹੁੰਦਾ ਲੋਹ ਦਾ ਪਾ ਲਿਆ ਆਪਾਂ ਟਾਪ ਜਿਵੇਂ ਦੂਜੇ ਹਾਈ ਦੇ ਵਿੱਚ ਥੋੜਾ ਯਾਰ ਦੱਬ ਕੇ ਚੱਲਦਾ ਸੀ ਟਾਪ ਲੋਹੇ ਤੇ ਜਮਾਂ ਪਰਵਾਹ ਹੀ ਨਹੀਂ ਚਾਹੇ ਚੱਕਰ ਸਾਰੇ ਕਰ ਦੋ ਉੱਡਿਆ ਹੀ ਫਿਰਦਾ ਤਾਂ 4x4 ਦਿੰਦੇ ਹਾਂ ਕੱਢ ਇੱਕ ਵਾਰੀ ਹੁਣ ਦੇਖੋ ਤੁਸੀਂ 4x4 ਗਿਆ ਨਿਕਲ ਇਹਦਾ ਅਤੇ ਹੁਣ ਇਹਨੂੰ ਲਾਉਂਦੇ ਹਾਂ ਆਪਾਂ ਦੂਜੇ ਹਾਈ ਦੇ ਵਿੱਚ
ਕਟਵਾਤੇ ਟਰੈਕਟਰ ਤੋਂ ਤੇ ਹੁਣ ਇਹਨੂੰ ਵੇਹਨੇ ਆ ਵੀ ਦੂਜੇ ਹਾਈ ਚ ਬਾਹਰ ਨਿਕਲਦਾ ਹੈ ਕਿ ਪਹਿਲੇ ਹਾਈ ਚ ਬਾਹਰ ਨਿਕਲਦਾ ਕਿ ਨਹੀਂ ਪਰ ਇਹ ਸਲਿੱਪ ਮਾਰੀ ਜਾਂਦਾ ਹੁਣ 4x4 ਦਾ ਵੇਹਨੇ ਆ ਕਿੰਨਾ ਕੁ ਫਰਕ ਆਉਂਦਾ ਹੁਣ ਲਾਤਾ ਪਹਿਲੇ 4x4 ਮਿੱਟੀ ਚੱਕ ਚੱਕ ਮਾਰੀ ਜਾਂਦਾ ਉੱਤੇ ਲੱਗਦਾ ਟਰੈਕਟਰ ਖੱਟੇ ਦੇਖੋ ਕਿੰਨੇ ਕਿੰਨੇ ਪੜਦੇ ਤੇ ਹੁਣ ਥੋੜਾ ਜਿਹਾ ਔਖਾ ਹੋ ਗਿਆ ਕਿਉਂਕਿ ਲਿੰਕਾਂ ਨਿਕਲੀਆਂ ਹੋਈਆਂ ਨੇ ਲਿੰਕਾਂ ਨੇ ਤੇ ਹੁਣ ਕੰਮ ਕਰਨਾ ਨੀ ਮੈਨੂੰ ਲੱਗਦਾ ਪੰਗਾ ਲੈ ਲਿਆ ਇਹਦਾ ਤਕੜਾ ਹੀ ਹਾਈ ਚ ਪਾ ਕੇ ਦੇਖਦੇ ਹਾਂ ਕੱਢ ਕੇ ਖੱਟੇ ਪੱਟਿਆਂ ਦੇ ਵਿੱਚ ਉਮੀਦ ਤੇ ਪੂਰੀ ਹੈ ਵੀ ਨਿਕਲ ਜਾਏਗਾ ਤੇ ਆ ਲਓ ਜੀ ਆਹ ਦੇਖੋ ਇੰਨੇ ਖੱਡੇ ਪੱਟ ਕੇ ਵੀ 2 ਝਟਕਿਆਂ ਦੇ ਵਿੱਚ ਕਲਟੀਵੇਟਰ ਚੱਕ ਕੇ ਬਾਹਰ ਰੱਖਦਾ ਟਰੈਕਟਰ ਨੇ ਵਾਕੇ ਜੀ ਵੀ 4x4 ਦਾ ਫਰਕ ਤਾਂ ਬਹੁਤ ਹੁੰਦਾ ਪ੍ਰਵਾਹ ਤਾਂ ਮੰਨਦਾ ਹੀ ਨਹੀਂ ਲੋ ਵੀ ਮਿੱਤਰੋ ਆਹ ਹੀ ਦੇਖੋ ਜ਼ੋਰ ਡਿਊਜ਼ਫਾਰ 70 HP ਦਾ ਕੰਪਨੀ ਨੇ ਜ਼ੋਰ ਦੇ ਅੰਤਾਂ ਦਾ ਹੀ ਪਾਤਾ ਹੁਣ ਇਹਦੇ ਪਿੱਛੇ ਪਾਵਾਂਗੇ ਆਪਾਂ ਡਿਸਕ 16 ਦੀ ਫਿਰ ਇਹਨੂੰ ਕਲਟੀਵੇਟਰ ਦੇ ਅਤੇ ਡਿਸਕ 'ਤੇ ਚੈੱਕ ਕਰਦੇ ਹਾਂ ਲੈ ਵੀ ਮਿੱਤਰੋ ਬਾਈ ਕਹਿੰਦਾ ਜਿਵੇਂ ਮੈਂ ਉੱਥੇ ਟਰੈਕਟਰ ਫਸਾਇਆ ਸੀ ਵੀ ਉਵੇਂ ਦੁਬਾਰਾ ਫਸਾ ਕੇ ਅਤੇ ਜਿਹੜਾ ਡਿਫਰੈਂਸ਼ਲ ਲੋਕ ਵਾਲਾ ਫੀਚਰ ਇਹਦਾ ਉਹ ਤੁਹਾਨੂੰ ਵਿਖਾਉਂਦੇ ਹਾਂ ਅਤੇ ਉਹ ਵੇਖਦੇ ਹਾਂ ਕਰਦੇ ਹਾਂ ਚੈੱਕ ਵੀ ਕਿਵੇਂ ਲਾਉਂਦਾ ਹੈ ਵੀਰ ਫਸਾ ਕੇ ਦੁਬਾਰਾ ਲੱਗਿਆ ਡਿਫਰੈਂਸ਼ਲ ਲੋਕ ਚਾਰੇ ਟਾਇਰ ਬਰਾਬਰ ਜ਼ੋਰ ਲਾਈ ਜਾਂਦੇ ਨੇ ਉਹ ਦੇਖੋ ਕਿੰਨੇ ਆਰਾਮ ਦੇ ਨਾਲ ਬਾਹਰ ਆ ਗਿਆ ਲੋ ਜੀ ਲਿੰਕਾਂ ਫਿੱਟ ਕਰ ਦਿੱਤੀਆਂ ਨੇ ਪਿੱਛੇ ਡਿਸਕ ਜੋੜਨੀਆਂ ਹਨ ਇਸ ਕਰਕੇ ਤੇ ਹੁਣ ਪਿੱਛੇ ਡਿਸਕਾਂ ਪਾ ਕੇ ਤੇ ਫਿਰ ਵੇਖਦੇ ਹਾਂ ਕਿਹੜੇ ਗੇਅਰ 'ਚ ਚੱਲਦਾ ਬੈਕ ਸਪੀਡ ਵੀ ਕਰਾਉਂਦੇ ਹਾਂ ਤੁਹਾਨੂੰ ਚੈੱਕ ਇਹਦੀ ਕਿੰਨੀ ਕੁ ਤੇਜ਼ ਜਾਂਦਾ ਬੈਕ 'ਤੇ ਵੀ ਲੈ ਵੀ ਮਿੱਤਰੋ ਡਿਸਕਾਂ ਵੀ ਪਾਤੀਆਂ ਨੇ ਪਿੱਛੇ ਕੁਛ ਤਾਂ ਕਰੇਗਾ ਜੀ ਭਾ ਚਲੋ ਪਹਿਲਾਂ ਕਲਟੀਵੇਟਰ ਦੇ ਡਿਸਕ ਚ ਵੇਹਨੇ ਆ ਪਹਿਲਾਂ ਕਲਟੀਵੇਟਰ ਦੇ ਡਿਸਕ ਦਾ ਵੇਹਨੇ ਆ ਫਿਰ 2 ਡਿਸਕ ਪਾਲਾਂਗੇ ਪਹਿਲੇ ਹਾਈ ਚ 4x4 ਦੇ ਵਿੱਚ ਪਹਿਲੇ ਹਾਈ ਚ ਹੈ ਨਹੀਂ ਟਰੈਕਟਰ ਨੂੰ ਵੀ ਪਿੱਛੇ ਡਿਸਕ ਵੀ ਪਈ ਹੋਈ ਆ ਕਲਟੀਵੇਟਰ ਵੀ ਪਿਆ ਹੋਇਆ
ਮੈਨੂੰ ਨਹੀਂ ਲੱਗਦਾ ਕੋਈ ਕੰਪਨੀ ਡੈਮੋ ਵਾਲਾ ਟਰੈਕਟਰ ਵੀ ਇਧਰ ਬਰਾਬਰ ਚਲਾਉਂਦੀ ਹੋਏਗੀ ਜਿੰਨੀ ਕੁ ਇਹ ਜਾਨ ਲਾਉਂਦਾ। इस टाइम पहले हाई दे चलता पाया 4x4 दे डिस्क दे कल्टीवेटर दे नाल ते कोई लोड नहीं ट्रैक्टर दे तो दूजा हाई पै गया हूँ दूजे हाई दे भी 11 दा कल्टीवेटर ते 16 दा डिस्क लैके भज्जा फिरदा है। इस टाइम भी दूजे हाई दे विच पहला बार था आ फिर दूजा दोबारा फिर गेड़े ते गेड़ा जान दिया दूजे हाई दे विच लै भी मित्रों डिस्कां करतियां डबल दोवें 16 दियां ने ते एक कल्टीवेटर 11 दा साधु वाला जिहड़ा बनिया होया है ते इंप्लीमेंट तीन पाते पिछे हुण देखते हैं की बनता है खिंचदा है या की करता है। हाँ जी केड़े गेयर च पाओगे पहले हाई च लो भी मित्रों पहले हाई दे विच पाण लगे हैं चक ए नहीं दबदा बिलकुल भी भैं जा खिची जाता हर एक चीज नू जेड़ा वीर का कोई ट्रैक्टर ट्रैक्टर का मुकाबला करता हो कमेंट जरूर करो ड्राइवर भी थले आ गया ट्रैक्टर थोड़ा जा टेढ़ा हो गया परा नू सीधा कर लैण तो एक बारी फिर देखते हैं ये आ चक हो गया सीधा हुण भाई ने मेरे हिसाब से चौथे लोज करता
ਇੱਧਰ ਵੀ ਬੰਦੇ ਇਕੱਠੇ ਹੋਈ ਜਾਂਦੇ ਨੇ ਦੇਖਣ ਵਾਲੇ ਟਰੈਕਟਰ ਦੀ ਪਰਫੋਰਮੈਂਸ ਨੂੰ। ਧੰਨ ਧੰਨ ਕਰਾਈ ਜਾਂਦਾ ਬਾਈ ਵੀ ਆਪਣਾ ਤੀਜੇ ਲੋ ਦੇ ਵਿੱਚ ਇਸ ਟਾਈਮ। ਕਲਟੀਵੇਟਰ ਚੱਕਦਾ ਬਾਈ ਨੇ, ਡਿਸਕਾਂ ਪਿੱਛੇ ਦੋਵੇਂ ਚੱਲੀ ਜਾਂਦੀਆਂ ਨੇ, ਗੇਅਰ ਮੇਰੇ ਸਾਹਮਣੇ ਦੂਜੇ ਹਾਈ 'ਚ ਲੱਗਾ ਹੋਇਆ ਇਸ ਟਾਈਮ। ਮਾੜੀ ਮੋਟੀ ਡਿਸਕ ਨੂੰ ਕਿਉਂ ਚਖਲਾਰ ਕੇ ਰੱਖਦੇ। ਲੈ ਵੀ ਕਲਟੀਵੇਟਰ ਵੀ ਲਾ ਤਾ ਭਾਈ ਨੇ ਦੁਬਾਰਾ ਥੱਲੇ। ਹਲੇ ਇਹਦੇ ਵਿੱਚ ਕੋਈ ਵੇਟ ਨਹੀਂ ਲਾਇਆ ਹੋਇਆ, ਕੋਈ ਟਾਇਰਾਂ 'ਚ ਪਾਣੀ ਨਹੀਂ, ਕੋਈ ਕੁਛ ਨਹੀਂ, ਫਿਰ ਵੀ ਮਤਲਬ ਟਰੈਕਟਰ ਇੰਨੀ ਵਧੀਆ ਪਰਫੋਰਮੈਂਸ ਦੇ ਦਿੰਦਾ। ਬਾਕੀ ਦੂਜੇ ਜਿਵੇਂ ਹੋਰ ਹੋ ਗਏ ਟਰੈਕਟਰ, ਹੋਲੈਂਡ ਦੇ ਹੋ ਗਏ, ਜੋਂਡੀਅਰ ਦੇ ਹੋ ਗਏ, ਉਹਦੇ 'ਚ ਬੰਦਾ ਕੋਈ ਵੇਟ ਪਾ ਕੇ ਕਰਦਾ, ਕੋਈ ਪਾਣੀ ਪਾ ਕੇ ਕਰਦਾ, ਉਵੇਂ ਤਾਂ ਚਲੋ ਦੁਨੀਆ ਕਰ ਲੈਂਦੀ ਹੈ। ਸਵਾਦ ਤਾਂ ਆਉਂਦਾ ਜੇ ਸਿੰਪਲ ਟਰੈਕਟਰ ਕੰਪਨੀ ਦਾ ਜਿਵੇਂ ਆਉਂਦਾ ਉਵੇਂ ਬੰਦਾ ਚਲਾ ਕੇ ਦਿਖਾਏ। ਠੀਕ ਹੈ ਜੀ, ਵੀਡੀਓ ਵਧੀਆ ਲੱਗੀ ਕਮੈਂਟ ਜ਼ਰੂਰ ਕਰਕੇ ਦੱਸਿਓ, ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਸ਼ੇਅਰ ਕਰ ਦੇ ਜੇ, ਬੈੱਲ ਆਈਕਨ ਨੂੰ ਕਰ ਲਓ ਪ੍ਰੈਸ, ਅੱਗੇ ਹੋਰ ਵੀ ਵੀਡੀਓ ਐਵੇਂ ਦੀਆਂ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਅਤੇ ਜੇ ਕੋਈ ਭਰਾ ਤਿਆਰ ਹੋਇਆ ਇਹਦੇ ਨਾਲ ਟਰੈਕਟਰ ਦਾ ਕੰਪੀਟੀਸ਼ਨ ਕਰਾਉਣ ਲਈ, ਤਾਂ ਉਹਦੀ ਵੀਡੀਓ ਆਪਾਂ ਜ਼ਰੂਰ ਸ਼ੂਟ ਕਰਾਂਗੇ ਅਤੇ ਆਪਣੇ ਚੈਨਲ 'ਤੇ ਅਪਲੋਡ ਕਰਾਂਗੇ। ਠੀਕ ਹੈ ਜੀ, ਓਕੇ ਜੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ ਜੀ।